ਅੱਜ ਗੁਰਦਾਸਪੁਰ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਨੇ ਪੰਜਾਬ ਸਰਕਾਰ ਵੱਲੋਂ 6 ਮਹੀਨੇ ਬੀਤ ਜਾਣ ਮਗਰੋਂ ਵੀ ਕਿਸਾਨਾਂ ਨੂੰ ਗੰਨੇ ਦਾ ਬਕਾਇਆ 50 ਰੁਪਏ ਪ੍ਰਤੀ ਕੁਇੰਟਲ ਨਾ ਦੇਣ ਕਰਕੇ ਪਹਿਲਾਂ ਤਾਂ ਸੜਕ ਉੱਪਰ 1 ਘੰਟਾ ਚੱਕਾ ਜਾਮ ਕੀਤਾ ਅਤੇ ਫਿਰ ਪੈਦਲ ਰੋਸ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪਗੜੀ ਸੰਭਾਲ ਜੱਟਾ ਲਹਿਰ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪਗੜੀ ਸੰਭਾਲ ਜੱਟਾ ਲਹਿਰ ਦੇ ਕਨਵੀਨਰ ਕਵਲਪ੍ਰੀਤ ਕਾਕੀ ਨੇ ਦੱਸਿਆ ਕਿ ਅੱਜ ਜੋ ਧਰਨਾ ਦਿੱਤਾ ਗਿਆ ਹੈ ਉਹ ਪੰਜਾਬ ਸਰਕਾਰ ਦੀ ਨਿਗਾਮੀ ਕਰਕੇ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਗੰਨੇ ਦਾ ਬਕਾਇਆ ਅਤੇ 50 ਰੁਪਏ ਪ੍ਰਤੀ ਕੁਇੰਟਲ ਨਹੀਂ ਅਦਾਇਗੀ ਕੀਤੀ ਗਈ ਤਾਂ ਕਿਸਾਨਾਂ ਵੱਲੋਂ 26 ਅਗਸਤ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਹ ਸਰਕਾਰ ਦੀ ਨਾਕਾਮੀ ਕਰਕੇ ਕਰ ਰਹੇ ਹਾਂ, ਕਿਉਂਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਿਹੜਾ 250 ਰੁਪਏ ਜੋ 50 ਰੁਪਏ ਤੇ 245 ਰੁਪਏ ਦੀਆਂ ਬਿੱਲਾਂ ਦੇਣਗੀਆਂ ਤੇ 50 ਸਰਕਾਰ ਦੇਊਗੀ, ਉਹਨਾਂ ਤੋਂ ਸਰਕਾਰ ਮੁਕਰ ਹੋ ਰਹੀ ਹੈ ਤੇ 238 ਵਰਾਇਟੀ ਜਿਹੜੀ ਆ ਉਹਨੂੰ ਅਰਲੀ ਕੀਤਾ ਜਾਏਗਾ, ਉਹ ਤੋਂ ਮੁਕਰ ਹੋ ਰਹੀ ਹੈ। ਜੇ 26 ਤਰੀਕ ਤੱਕ ਇਹਨਾਂ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਪਿਛਲੀ ਵਾਰ ਦੀ ਤਰ੍ਹਾਂ ਜਿੱਦਾਂ ਟ੍ਰੇਨਾਂ ਡੱਕੀਆਂ ਸਨ ਮਕੇਰੀਆਂ ਤੇ ਜਲੰਧਰ, ਉਦਾਂ ਟ੍ਰੇਨਾਂ ਡੱਕ ਦਿੱਤੀਆਂ ਜਾਣਗੀਆਂ, ਹਾਈਵੇ ਡੱਕ ਦਿੱਤੇ ਜਾਣਗੇ, ਸਰਕਾਰ ਜਿਹੜੇ ਆ ਜਿਹੜੇ ਕਿਸਾਨ ਜਿਹੜੇ ਆ ਉਹ ਸੜਕਾਂ ਦੇ ਉੱਤੇ ਆਉਣਗੇ। ਇਹ ਸਾਡਾ ਜਿਹੜਾ ਚੇਤਾਵਨੀ ਆ ਸਰਕਾਰ ਨੂੰ, ਜੇ ਸਾਡੀ ਉਹਨਾਂ ਨੇ ਮੰਗਾਂ ਨਾ ਮੰਨੀਆਂ ਤੇ ਸਰਕਾਰ ਨਾਲ ਸਾਡਾ ਪਿਛਲੇ ਸਾਲ ਕੰਪਰੋਮਾਈਜ਼ ਹੋਇਆ ਸੀ ਕਿ 245 ਰੁਪਏ ਮਿਲ ਦੇਗੀ, 50 ਰੁਪਏ ਸਰਕਾਰ ਦੇਗੀ, ਸਰਕਾਰ ਹੁਣ ਮੁੱਕਰ ਰਹੀ ਹੈ ਜੀ। ਇਸ ਕਰਕੇ ਆਪਾਂ ਅੱਜ ਰੋਸ ਮਾਰਚ ਕਰ ਰਹੇ ਹਾਂ ਤੇ ਡੀਸੀ ਸਾਹਿਬ ਨੂੰ ਹੱਕ ਪੱਤਰ ਦੇ ਰਹੇ ਹਾਂ ਕਿ ਸਾਡੇ ਹੱਕ ਬਣਦੇ ਆ ਇਹ ਦਿੱਤੇ ਜਾਣ। ਜੇ ਇਹਨਾਂ ਨੇ ਸਾਡੀ ਕੋਈ ਨਾ ਸੁਣੀ, ਸਰਕਾਰ ਤੱਕ ਗੱਲ ਨਾ ਪਹੁੰਚਾਈ, ਇਸੇ ਤਰ੍ਹਾਂ ਹੀ ਆਪਾਂ 8ਵੇਂ ਮਹੀਨੇ ਦੀ 26 ਤਰੀਕ ਤੱਕ ਵੇਟ ਕਰਾਂਗੇ ਕਿ 26 ਤਰੀਕ ਨੂੰ ਆਪਾਂ ਬਹੁਤ ਵੱਡਾ ਧਰਨਾ ਲਾਵਾਂਗੇ ਜਿਹਦੇ ਵਿੱਚ ਰੇਲਾਂ ਰੋਕਾਂਗੇ ਤੇ ਹਾਈਵੇ ਰੋਡ ਜਿਹੜੇ ਆ ਉਹ ਜਾਮ ਕੀਤੇ ਜਾਣਗੇ। ਗੁਰਦਾਸਪੁਰ ਤੋਂ ਦੀਪਕ ਕੁਮਾਰ ਦੀ ਰਿਪੋਰਟ, ਜਗਸੇਵਕ, ਵੈਬ ਟੀਵੀ।